वेलकम होगा मेरी डंकी, मेरा डॉगी, फिर मैं जी अपना से चलने हैं खेतों वाल, अपने बहन भाइयों ना जिन्हें मैं लोग शेयर करांगे। जी बिस्मिल्लाहिर्रहमानिर्रहीम, अस्सलाम वालेकुम प्यारे बहन भाई, क्या हाल चाल है? आप सब ठीक है? मैं भी अल्लाह पाक के फजल करम नाल बिल्कुल ठीक ठाक हाँ। तो अज जी अपना मौसम कुछ फिर ठीक ठाक होया है, तो अज जरा मैं फिर खेतों वाल चलने हैं, क्योंकि कुछ अपना खेतों का काम सी वो रह गया। इस तरह से पहले मैं अपने बहन भाइयों ना शेयर कर रही हूँ कि असं खेतों में कड़ा काम कर रहे हैं, कुछ अपना खेत भी कर रहे हैं, सफाई वाला वगैरह जरा मतलब घास फूस निकाल के मतलब जमीन च निकाल रहे हैं, फिर उस के अब फिर चल रहे हैं। मौसम कुछ सही हो गया तो सारी फैमिली जा रहे हैं, इंशाल्लाह उधर काम करांगे। नाल नाल मौसम की सूरत हाल तो अपना खेतों में कड़ी कड़ी फसल बीजी हुई उसका भी विजिट करवाते जावे, तो अपने बहन भाइयों ना गप शप भी लगाते जावे, तो इंशाल्लाह तो डंकी तो जी सवारी करके जावे। ਨਾਲਾ ਤਾਂ ਬਿਲਕੁਲ ਜਿਹੜੀ ਨਾ ਡੰਕੀ ਸਾਡੀ ਕਲਾਸ ਨਹੀਂ ਕਰਦੀ, ਤੂੰ ਮੈਨੂੰ ਜਦੋਂ ਆ ਜਾਂਦਾ ਇਹਨੂੰ ਪੈ ਜਾਂਦੀ ਮੌਤ, ਤੇ ਟੱਪਣ ਵਾਲੇ ਪਾਸੇ ਨਹੀਂ ਆਉਂਦੀ। ਅੱਜ ਕੋਸ਼ਿਸ਼ ਕਰਦੇ ਹਾਂ ਕਿ ਇਹਨੂੰ ਮੈਂ ਨਾਲਾ ਕਲਾਸ ਕਰਾਵਾਂ, ਦੇਖੋ ਕੀ ਕਰਦੀ ਹੈ, ਜੇ ਅਗਰ ਨਾ ਕੀਤਾ ਤਾਂ ਫਿਰ ਮੈਨੂੰ ਨਾ ਉਤਰਨਾ ਹੀ ਪਊ। ਮਾਸ਼ਾਅੱਲਾ ਸਾਡੇ ਖੇਤ ਵੀ ਕਾਫੀ ਹਰੇ ਭਰੇ ਹੋ ਚੁੱਕੇ ਹਨ, ਮਤਲਬ ਹੈ ਕਿ ਜਿਹੜਾ ਨਾ ਹੋ ਗਿਆ ਨਾ ਉਹ ਵੀ ਕਹਿੰਦੇ ਕਿ ਕਾਫੀ
ਬਹੁਤ ਹੀ ਮਤਲਬ ਅੱਛਾ ਲੱਗਦਾ, ਬਹੁਤ ਹੀ ਜਿਵੇਂ ਤਰੋ ਤਾਜ਼ਾ ਹਵਾ ਫਰੈਸ਼, ਮਤਲਬ ਛੋਟ ਮੌਸਮ ਇੰਝ ਬਣਿਆ ਹੋਇਆ ਸੀ ਨਾ ਜਿਵੇਂ ਹੁਣੇ ਹੀ ਆਪਣਾ ਬਾਰਿਸ਼ ਆਉਣ ਲੱਗੀ ਹੈ, ਲੇਕਿਨ ਨਾ ਬਾਰਿਸ਼ ਨਹੀਂ ਹੋਈ ਅਤੇ ਆਪਣਾ ਸਰਬੋਧ ਦੇ ਇਲਾਕੇ 'ਚ ਅਸੀਂ ਰਹਿੰਦੇ ਹਾਂ, ਆਪਣਾ ਦਿਨਾਂ ਦਾ ਫਿਰ ਦਿਨਾਂ ਦਾ ਮਤਲਬ ਕਿਧਰੇ ਕਿਧਰੇ ਹੋਈ ਹੈ, ਠੰਡੀ ਹਵਾ ਕਾਫੀ ਚੱਲ ਰਹੀ ਹੈ, ਅਸੀਂ ਮਹਿਸੂਸ ਹੋ ਰਿਹਾ ਅਤੇ ਅੱਲਾ ਪਾਕ ਰਹਿਮ ਕਰੀ, ਅੱਲਾ ਪਾਕ ਆਪਣੀ ਰਹਿਮਤ ਅਤੇ ਆਪਣੀ ਬਾਰਿਸ਼ ਦੇ ਨਾਲ ਸਾਡੇ ਕੋਲ ਦੇ ਦਿੱਤੀ ਸੀ, ਅਸੀਂ ਤਾਂ ਆਪਣਾ ਬਹੁਤ ਖੁਸ਼ ਹਾਂ ਕਿਉਂਕਿ ਆਪਣਾ ਜਿਹੜਾ ਸਾਡਾ ਚਾਰਾ ਉਹ ਵੀ ਹਰਾ ਭਰਾ ਹੋ ਗਿਆ ਅਤੇ ਆਪਣਾ ਖੇਤਾਂ 'ਚ ਤਾਂ ਮੁੱਦਾ ਵੀ ਆ ਗਿਆ, ਕਿਉਂਕਿ ਖੇਤ ਕਿਤਨੇ ਮਤਲਬ ਸੁੱਕ ਸੜ ਗਿਆ ਸੀ, ਕੋਈ ਮਤਲਬ ਕੀ ਕਰਦੇ ਨਾ ਕਾਫੀ ਜ਼ਿਆਦਾ ਸਾਰੀ ਬਾਰਿਸ਼ ਆ ਗਈ ਤਾਂ ਅਸੀਂ ਮਤਲਬ ਵਿਗ ਗਏ ਅਤੇ ਕਾਫੀ ਮਤਲਬ ਮੌਸਮ ਕੀਤਾ ਅਤੇ ਕੰਮ ਕੀਤਾ ਤਾਂ ਬਹੁਤ ਚੰਗਾ ਲੱਗਿਆ ਅਤੇ ਅੱਜ ਫਿਰ ਸਗੋਂ ਥੋੜ੍ਹਾ ਥੋੜ੍ਹਾ ਮਤਲਬ ਆਏ ਅਤੇ ਕੰਮ ਸ਼ੰਮ ਕੀਤਾ ਅਤੇ ਹੁਣ ਫਿਰ ਆਏ ਆ ਗਏ ਦੁਬਾਰਾ ਮੌਸਮ ਪਾਣੀ ਦੀ ਬੋਤਲ ਜਿਹੜੀ ਲਾਜ਼ਮੀ ਆਉਂਦੀ ਕਿਉਂਕਿ ਗਰਮੀ ਦੀ ਕੰਮ ਕਰੀ ਤਾਂ ਪਿਆਸ ਨਾ ਮਤਲਬ ਕਾਫੀ ਜ਼ਿਆਦਾ ਸਾਰੀ ਲੱਗਦੀ ਅਤੇ ਇਹ ਦੇਖੋ ਮਤਲਬ ਇੱਕ ਝੋਲੇ ਦੇ ਵਿੱਚ ਨਾਲ ਪਾਣੀ ਬੰਨ ਕੇ ਆਉਂਦਾ, ਮੈਂ ਫਿਰ ਉੱਪਰ ਬੋਤਲ ਰੱਖੀ ਦੇਵੇ ਫਿਰ ਬਾਹਰ ਬਾਹਰ ਜਿਹੜੀ ਨਾ ਮਤਲਬ ਲੈ ਕੇ ਜਾਣੀ ਪਾਣੀ ਵਾਲੀ ਬੋਤਲ ਇਹਨੂੰ ਇੱਕ ਸਾਈਡ ਰੱਖਦੇ ਹਾਂ ਅਤੇ ਬਾਕੀ ਜਿਹੜਾ ਨਾਲ ਕੰਮ ਕਰਨਾ ਕਿਹਾ
ਆਪਾਂ ਜਿਹੜਾ ਨਾ ਬਾਰਿਸ਼ ਵੱਲ ਦੋ ਦਿਨ ਪਹਿਲੇ ਆਪਣਾ ਸਾਰਾ ਮਤਲਬ ਘਾਸ ਵਗੈਰਾ ਕੀਤਾ ਸੀ ਇਕੱਠਾ, ਇਹਨੂੰ ਹੁਣ ਚੁੱਕਣਾ ਹੁੰਦਾ ਫਿਰ ਖੇਤ ਵਿੱਚ ਬਾਹਰ ਕੱਢਣਾ। ਮਾਸ਼ਾਅੱਲਾ ਅੱਜ ਮਤਲਬ ਖੇਤ ਵਿੱਚ ਜ਼ਿਆਦਾ ਸਾਰਾ ਕੰਮ ਹੈ ਜਿਹੜਾ ਕਰਨਾ, ਇਸ ਤਰ੍ਹਾਂ ਹੀ ਕਰਨਾ ਅਤੇ ਟੈਂਕੀ 'ਤੇ ਲੋਡ ਕਰਾਂਗੇ ਸਾਰਾ, ਮਤਲਬ ਹੈ ਕਿ ਆਪਣਾ ਜਿਹੜਾ ਨਾ ਖੇਤ ਦੀ ਸਫਾਈ ਕਰਾਂਗੇ ਕਰਕੇ ਫਿਰ ਜਿਹੜਾ ਨਾ ਆਪਣੇ ਘਰ ਜਾਵਾਂਗੇ। ਅਤੇ ਅੱਜ ਦੇ ਵਲੋਗ ਦਾ ਇੱਥੇ ਕਰਦੇ ਐਂਡ, ਅਤੇ ਕਮੈਂਟਸ ਕਰਕੇ ਮੇਰੀ ਭੈਣ ਭਾਈ ਜਿਹੜਾ ਨਾ ਜ਼ਰੂਰ ਦੱਸਿਆ ਜੇ ਕਿ ਕਿਸ ਤਰ੍ਹਾਂ ਲੱਗਾ ਸਾਡੇ ਕੋਲ। ਫਿਰ ਮੌਸਮ ਮਾਸ਼ਾਅੱਲਾ ਮਤਲਬ ਇੱਕ ਮਹੀਨਾ ਆਉਣ ਵਾਲਾ, ਕਾਫੀ ਪਿਆਰਾ ਅਤੇ ਕਾਫੀ ਖੂਬਸੂਰਤ ਜਿਹੜਾ ਨਾ ਮਤਲਬ ਬਾਰਿਸ਼ ਆ ਜਾਂਦੀ, ਕਾਫੀ ਅੱਛਾ ਲੱਗਦਾ, ਕਾਫੀ ਪਿਆਰਾ ਅਤੇ ਖੂਬਸੂਰਤ ਜਿਹੜਾ ਮੌਸਮ ਹੋ ਜਾਂਦਾ। ਜਦੋਂ ਗਰਮੀ ਸੀ ਹਰ ਰੋਜ਼ ਮੈਂ ਕਹਿੰਦੀ ਕਿ ਅੱਲਾ ਪਾਕ ਮਤਲਬ ਬਾਰਿਸ਼ ਦੇਵੇ, ਮੇਰਾ ਯੂਟਿਊਬ ਚੈਨਲ ਦੇਖਣ ਵਾਲੇ ਭੈਣ ਭਾਈ ਜਿਹੜੇ ਨਾ ਉਹ ਵੀ ਮਤਲਬ ਦੁਆ ਕਰਨ ਉਹਨਾਂ ਕੋਲ ਵੀ ਅੱਲਾ ਪਾਕ ਬਾਰਿਸ਼ ਦੇਵੇ, ਸਾਡੇ ਕੋਲ ਵੀ ਆਪਣੀ ਰਹਿਮਤ ਦੇਵੇ ਅਤੇ ਮਾਸ਼ਾਅੱਲਾ ਮੌਸਮ ਜਿਹੜਾ ਇਸ ਤਰ੍ਹਾਂ ਹੀ ਅੱਛਾ ਹੋ ਜਾਏ ਔਰ ਮਤਲਬ ਮੌਸਮ ਦੀ ਜਿਹੜੀ ਅਲੂਦਗੀ ਅਤੇ ਸਖਤੀ ਅਤੇ ਗਰਮੀ ਮਤਲਬ ਖਤਮ ਹੋ ਜਾਏ। ਅਤੇ ਅੱਲਾ ਤੁਸੀਂ ਸਾਰਿਆਂ ਦੀ ਹਿਫਾਜ਼ਤ ਸੁਣਾਏ, ਅੱਲਾ ਹਾਫਿਜ਼। ਸਾਡਾ ਦਿਨ ਮਤਲਬ ਇਸ ਤਰ੍ਹਾਂ ਹੀ ਕੰਮ ਵਿੱਚ ਗੁਜ਼ਰੇਗਾ ਮਾਸ਼ਾਅੱਲਾ, ਕੋਸ਼ਿਸ਼ ਤਾਂ ਇਹੀ ਹੈ ਕਿ ਸਾਰੇ